ਓਏ ਹੋਏ ਹੋਏ ਬਈ ਕਮਾਲ, ਮੈਂ ਜਿੱਤਿਆ ਮਿਰਜ਼ਾ ਸਾਹਿਬ ਮੁਲਤਾਨ ਸੁਲਤਾਨ ਲਈ ਆ। ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਫਾਈਨਲ 'ਚ ਜਾਣਾ ਇਹਨੇ, ਲਓ ਡਾਇਰੈਕਟ ਗਈ ਜੀ ਫਾਈਨਲ 'ਚੋਂ, ਕੋਈ ਰੁਕਾਵਟ ਨਹੀਂ ਭਾਈ ਜੀ। ਅੱਜ ਚਲੋ ਮੈਚ ਵੀ ਬੜਾ ਖੂਬ ਜਿੱਤਿਆ ਯਾਰ, ਵਾਹ ਵਾਹ ਮਿਰਜ਼ਾ ਸਾਹਿਬ, ਮਿਰਜ਼ਾ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਭਾਜੀ ਨੂੰ ਬੜੀ ਦੇਰ ਦੀ, ਮੈਚ ਵੇਖੋ ਨਾ ਕੀ ਜਿੱਤਿਆ ਉਹਨੇ ਯਾਰ। ਯਾਰ ਤੈਨੂੰ ਮੈਚ ਵੀ ਪਈ ਆ, ਇੱਧਰ ਮੇਰੀ ਜਾਨ ਨੂੰ ਲਾਲੇ ਪਏ ਹੈਂ, ਅਤ ਹੋਰ ਕੀ ਕੀ ਪਏ ਤੁਹਾਡੀ ਜਾਨ ਨੂੰ, ਜਾਨ ਨੂੰ ਮੇਰੀ ਨੂੰ ਮੁਸੀਬਤ ਪਈ ਆ, ਤੁਹਾਡੀ ਜਾਨ ਨੂੰ ਲਾਲੇ ਪਏ, ਪਰਸੋਂ ਤੁਹਾਨੂੰ ਕੁੱਤੇ ਪੈ ਗਏ, ਤੁਹਾਨੂੰ ਹਰ ਸ਼ਾਇਦ ਪੈ ਜਾਂਦੀ, ਮੈਂ ਤੁਹਾਡੇ ਕੀ ਕਰ ਸਕਦਾ, ਟੈਨਸ਼ਨ ਕਾਹਦੀ, ਆਹ ਲੈ ਗਿਆ ਤਾਂ ਫਾਈਨਲ 'ਚ ਪੈ ਜਾਣ ਮੇਰੇ ਸਾਹਿਬ। ਹਾਂਜੀ ਕੀ ਹੋਇਆ, ਕਹਿ ਰਹੇ ਯਾਰ ਯਾਰ ਮੈਂ ਤਾਂ ਮਜ਼ਾ ਖਰਾਬ ਕਰ ਰਿਹਾ ਯਾਰ ਮਿਰਜ਼ਾ, ਯਾਰ ਮਜ਼ਾ ਨਹੀਂ ਖਰਾਬ, ਮੈਂ ਪਰੇਸ਼ਾਨ ਹਾਂ। ਉਹ ਤੇ ਅਸਲਾਂ ਤੋਂ ਮਿਰਜ਼ਾ ਜੀ, ਅੱਜ ਦੀ ਗੱਲ ਤਾਂ ਹੈ ਹੀ ਨਹੀਂ ਹੈ, ਤੈਨੂੰ ਗੱਲ ਦਾ ਨਹੀਂ ਨਾ ਪਤਾ ਸੀ, ਪਰੇਸ਼ਾਨੀ ਕੀ ਮਤਲਬ ਕਿ ਵਿਆਹ ਰੱਖ ਬੈਠੇ ਬੱਚੇ ਦਾ। ਹਾਂ ਯਾਰ ਆਪਣੀ ਆਪਣੀ ਪਰੇਸ਼ਾਨੀ ਹੁੰਦੀ ਹਰ ਬੰਦੇ ਦੀ, ਕੋਈ ਐਸੀ ਤਾਂ ਗੱਲ ਕੋਈ ਨਹੀਂ, ਮੈਡੀਕਲ ਕਰਾ ਬੈਠੇ ਹੋ ਆਪਣਾ, ਰਿਪੋਰਟਾਂ ਗਲਤ ਆ ਗਈਆਂ, ਕੀ ਹੋਇਆ ਹੈ ਯਾਰ, ਇੱਕ ਬਹੁਤ ਵੱਡੀ ਟੈਨਸ਼ਨ ਆ, ਕੋਈ ਵੱਡੀ ਟੈਨਸ਼ਨ, ਤੈਨੂੰ ਉਸ ਗੱਲ ਦਾ ਇਲਮ ਨਹੀਂ, ਕਿੰਨੀ ਕੁ ਵੱਡੀ ਟੈਨਸ਼ਨ, ਮਤਲਬ ਜੁੱਤੀ ਚੁੱਕੀ ਗਈ, ਇਹ ਜਿਹਨੂੰ ਲੱਗੇ ਉਹੀ ਜਾਣਦਾ, ਜਿਹਨੂੰ ਮੁਸੀਬਤ ਹੋਵੇ ਉਹ ਆਪਣੀ ਮੁਸੀਬਤ ਨੂੰ ਖੁਦ ਸਮਝਦਾ ਹੁੰਦਾ, ਗੱਲਾਂ ਵੀ ਲੱਗੇ ਕਿਸੇ ਨਾਲ ਯਾਰ, ਗੱਲਾਂ ਤੇ ਰਾਂਝੇ ਵਾਲੀਆਂ ਕਰ ਰਹੇ, ਜਿਹਨੂੰ ਲੱਗੇ ਉਹੀ ਜਾਣੇ ਤੇ ਫਲਾਣੀ ਤੇ ਟਮਕਾਣੀ, ਕੀ ਲੱਗੀ ਖੈਰ, ਸੱਟ ਲੱਗੀ ਕੋਈ, ਤੂੰ ਆਪਣੇ ਮੈਚ ਦੀ ਉਹ ਦੇਖ ਕੀ ਆ, ਆਹ ਦੇਖ ਕੀ ਆ, ਤੂੰ ਮੈਚ ਵੇਖਾ ਨਾ ਹੁਣ, ਮੈਂ ਖੁਸ਼ੀ ਹੋਣੀ, ਮੁਲਤਾਨ ਜਿੱਤ ਗਿਆ, ਮੁਲਤਾਨ ਸੁਲਤਾਨ ਜਿੱਤ ਗਿਆ, ਜਿਹੜਾ ਮੇਰੇ ਵਾਲਾ ਸੁਲਤਾਨ ਇੱਧਰ ਉੱਧਰ ਹੋਇਆ ਤੁਹਾਨੂੰ ਉਹਦਾ ਨਹੀਂ ਪਤਾ ਲੱਗਦਾ, ਜਿੱਥੇ ਤੱਕ ਮੈਨੂੰ ਯਾਦ ਆ ਤੁਹਾਡੇ ਤੇ ਸੁਲਤਾਨ ਹੁੰਦਾ ਹੀ ਨਹੀਂ, ਤੁਹਾਡੇ ਤੇ ਨਾਮ ਨਹੀਂ ਰੱਖਦੇ ਸੁਲਤਾਨ ਯਾਰ, ਵਿੱਕੀ ਬੜੀ ਵੱਡੀ ਇੱਜ਼ਤ ਬਿਸਤੀ ਦਾ ਮਸਲਾ ਹੈ, ਓਏ ਹੋਏ, ਅੱਛਾ ਜੀ, ਔਰ ਇਹਦੇ ਚ ਮੈਨੂੰ ਬਹੁਤ ਵੱਡੀ ਇੱਜ਼ਤ, ਬੜਾ ਖਤਰਾ ਤੁਹਾਨੂੰ, ਹਾਂਜੀ ਨਾ ਲਓ, ਕੁਛ ਨਹੀਂ ਹੁੰਦਾ, ਅੱਲਾ ਦੀ ਕਿਸਮ, ਕਾਹਦਾ ਖਤਰਾ, ਓਏ ਹੋਏ ਯਾਰ, ਕੀ ਦੱਸੋ, ਹਾਂ ਮੈਂ ਤੁਸੀਂ ਉਹੀ ਭਰ ਰਹੇ ਹੋ ਜਿਵੇਂ ਲਾਸਟ ਸਟੇਜ ਆ ਕਿਸੇ ਗੱਲ ਦੀ ਯਾਰ, ਅੱਲਾ ਤੋਂ ਰਹਿਮ ਮੰਗ, ਮੈਂ ਤੇ ਆਪਣੀ ਜਾਨ ਦੇ ਵਾਸਤੇ ਆਲੇ ਦੁਆਲੇ ਮੈਂ ਪਰੇਸ਼ਾਨ ਹੋਇਆ ਵਾਂ, ਤੇ ਤੈਨੂੰ ਯਾਰ ਗੱਲਾਂ ਦੀ ਪਈ ਯਾਰ, ਮੈਨੂੰ ਪਤਾ ਨਹੀਂ ਕਹਿਣ ਲੱਗੇ ਆਪਣੀ ਜਾਨ ਦੇ ਆਲੇ ਦੁਆਲੇ, ਮੈਂ ਸਕਿਉਰਟੀ ਲਾ ਲਈ, ਖਤਰਾ ਗੋਲੀ ਵੱਜਣ ਲੱਗੀ, ਕੀ ਉਹ ਦੱਸੋ ਕਿਤੇ, ਫੇਰ ਹੀ ਯਾਰ ਕਹਿੰਦਾ ਕੌੜੀ ਦਵਾਈ ਯਾਰ ਕਮੂ ਕੀਤਾ ਯਾਰ ਮਿਰਜ਼ਾ ਸਾਹਿਬ, ਕੁਛ ਨਹੀਂ ਯਾਰ, ਹੈ ਤੂੰ ਆਪਣਾ ਮੈਚ ਦੇਖ ਯਾਰ, ਮੈਚ ਮੁੱਕ ਗਿਆ, ਉਹਦੇ ਚਲੇ ਗਈ ਫਾਈਨਲ 'ਚ ਮੇਰੀ ਟੀਮ, ਉਹਨਾਂ ਦੇ ਨਾਲ ਹੀ ਚੱਲ ਜਾ, ਅੱਛਾ ਜੀ ਜਿੱਤ ਗਏ ਪਰ ਠੀਕ ਆ, ਹਾਰ ਜਿੱਤ ਬਣੀ ਹੈ, ਜਿਹੜੀ ਮੇਰੀ ਇੱਧਰ ਹਾਰ ਬਣੀ ਹੈ, ਮੇਰੇ ਗੱਲ 'ਚ ਪਤਾ ਨਹੀਂ ਯਾਰ ਮੇਰੇ ਗੱਲ 'ਚ ਕੀ ਪਾਉਣਾ ਉਹਨਾਂ ਨੇ, ਹੈ ਮੈਨੂੰ ਆਪਣੇ ਗੱਲ ਦੀ ਪਈ ਯਾਰ, ਕੀ ਗੱਲ ਦੀ ਪਈ, ਕੋਈ ਚੈੱਕ ਕਰਾ ਲਓ ਕਿਸੇ ਨੂੰ, ਕੀ ਗਲੇ ਨੂੰ ਕੀ ਮਸਲਾ ਹੈ, ਟਾਊਂਸਲ 'ਚ ਬਣ ਗਏ ਵਿੱਚ, ਕੀ ਗੱਲ, ਟਾਊਂਸਲ ਨਹੀਂ ਯਾਰ, ਮੇਰੀ ਗੱਲ ਸੁਣ, ਵੇਖੀ ਗੱਲ ਕਿਹੜੇ ਪਾਸੇ ਲਈ ਜਾ ਰਿਹਾ, ਦੱਸੋ ਕੋਈ ਮਰੋਗੇ ਕੋਈ ਪਤਾ ਲੱਗੇਗਾ, ਗੱਲ ਹੋਏਗੀ ਤਾਂ ਫਿਰ ਹੀ ਪਤਾ ਲੱਗੇਗਾ, ਜਾਂ ਮੈਂ ਅਲਹਾਮ ਹੋ ਜਾਣਾ ਮੈਨੂੰ, ਹੁਣ ਤੈਨੂੰ ਕੋਠੇ ਤੋਂ ਛਾਲ ਮਾਰ ਕੇ ਦੱਸਾਂ ਕਿਵੇਂ ਮਰ ਗਿਆ, ਇੱਡੇ ਤੁਸੀਂ ਸੁਪਰਮੈਨ ਹੈ ਨਹੀਂ, ਜਾਂ ਮੈਂ ਸੜਕ ਤੇ ਡਿੱਗ ਪਵਾਂ, ਮੂੰਹ 'ਚੋਂ ਝੱਗ ਨਿਕਲ ਲੱਗ ਜੇ, ਫੇਰ ਮੰਨੇਗਾ, ਓਏ ਹੋਏ ਹੋਏ ਹੋਏ, ਜਾਂ ਦਿਲ ਫੜ ਕੇ ਮੈਂ ਕਹਾਂ ਮੈਨੂੰ ਹਸਪਤਾਲ ਲੈ ਜਾਓ, ਫੇਰ ਮੰਨੇਗਾ, ਅੱਛਾ ਇਸ ਵੇਲੇ ਨਾ ਇੱਥੇ ਨੇੜੇ ਤੇੜੇ ਫਿਰਦੇ ਹੁੰਦੇ ਹੋ, ਕੋਈ ਵੀ ਸੁਣੀ ਜਾ ਸਕਦੀ ਤੁਹਾਡੀ, ਮੈਂ ਇਸ ਗੱਲਾਂ ਕਰਦਾ, ਉਹ ਤਾਂ ਦੱਸੋ ਤੇ ਫਿਰ ਯਾਰ ਮਿਰਜ਼ਾ, ਤਾਂ ਫਿਰ ਹੀ ਕੀ ਹੋਇਆ, ਕੀ ਹੌਸਲੇ ਨਾਲ ਸੁਣ ਯਾਰ, ਕੋਈ ਤਰੀਕੇ ਨਾਲ ਗੱਲ ਸੁਣ, ਉਹਦਾ ਹੱਲ ਕੱਢਣਾ ਯਾਰ, ਹੌਸਲੇ ਨਾਲ, ਹਾਂ ਤੁਸੀਂ ਵੀ ਚਾਰ ਦੇ ਠਹਿਰ ਕੇ ਆ ਜਾਓ, ਮੈਂ ਪਹਿਲੇ ਹੌਸਲਾ ਕਰ ਲਾਂ, ਪਹਿਲੇ ਮੈਂ ਜ਼ਿਹਨੀ ਤੌਰ ਤੇ ਤਿਆਰ ਹੋ ਜਾ ਕਿ ਯਾਰ ਉਹਨਾਂ ਨੇ ਕੋਈ ਗੱਲ ਕਰਨੀ ਹੈ, ਹੈ ਚਾਰ ਭੈਣ ਭਰਾ ਇਕੱਠੇ ਕਰ ਲਵਾਂਗੇ ਯਾਰ, ਮੈਂ ਉਹਦੀ ਗੱਲ ਸੁਣਨੀ ਮਿਰਜ਼ੇ ਦੀ, ਯਾਰ ਤੂੰ ਤੇ ਆਪਣੀ ਜਗ੍ਹਾ ਤੇ ਖੁਸ਼ ਆ, ਤੈਨੂੰ ਆਪਣੀਆਂ ਖੁਸ਼ੀਆਂ ਨਾਲ, ਅੱਛਾ ਹੋਇਆ ਕੀ, ਮੇਰੀ ਪਰੇਸ਼ਾਨੀ ਤੇ ਜਿਹੜੀ ਹੈ ਨਾ ਉਹ ਮੈਨੂੰ ਪਤਾ ਹੈ, ਉਹ ਨਹੀਂ ਦਿਓ ਪਤਾ ਜੇ ਤੁਹਾਨੂੰ ਹੀ ਹੈ, ਜਿਹੜੀ ਤੁਹਾਡੀ ਪਰੇਸ਼ਾਨੀ ਹੈ ਨਾ ਸਾਨੂੰ ਪਰੇਸ਼ਾਨ ਕਰ ਦਿੰਦੀ, ਮੈਂ ਇਸ ਲਈ ਪਰੇਸ਼ਾਨ, ਮੈਂ ਅੱਜ ਤੱਕ ਤੇਰੇ ਨਾਲ ਕਦੀ ਐਸੀ ਗੱਲ ਨਹੀਂ ਕੀਤੀ, ਠੀਕ ਹੈ ਕਿ ਨਹੀਂ, ਬਿਲਕੁਲ ਗੱਲ ਤੇ ਕਦੀ ਕੀਤੀ ਨਹੀਂ ਤੁਸੀਂ, ਤੁਸੀਂ ਡਾਇਰੈਕਟ ਡਿਮਾਂਡ ਕੀਤੀ ਜਦੋਂ ਕੀਤੀ, ਤੂੰ ਆਪਣਾ ਮੋਟਰਸਾਈਕਲ ਕੱਢ ਤੇ ਤੁਰ ਫਿਰ ਜਾ, ਤੈਨੂੰ ਕੋਈ ਟੈਨਸ਼ਨ ਹੈ ਹੀ ਨਹੀਂ, ਮੈਂ ਕਾਰਪੋਰੇਸ਼ਨ ਦਾ ਬਿਲਾਵਾ ਤਾਂ ਫਰੀ ਹਾਂ, ਬਾਹਰ ਮੈਂ ਮੋਟਰਸਾਈਕਲ ਤੇ ਸਾਰੀ ਦਿਹਾੜੀ ਤੂੰ ਜੀ, ਫਿਰ ਤਾਂ ਜਿਵੇਂ ਡਾਲ ਸੁੱਟਦਾ ਘਰਾਂ ਦੇ ਵਿੱਚ, ਮੇਰਾ ਨਹੀਂ ਤੈਨੂੰ ਪਤਾ ਲੱਗ ਰਿਹਾ ਯਾਰ ਮੈਂ ਕੀ ਕਹਿ ਰਿਹਾ ਤੈਨੂੰ, ਖੁਦਾ ਦੀ ਕਿਸਮਤ, ਤੈਨੂੰ 5-10 ਵਾਰੀ ਮੈਂ ਕਿਹਾ ਤੈਨੂੰ ਉਸ ਗੱਲ ਦੀ ਸਮਝ ਨਹੀਂ ਆ ਰਹੀ ਆ, ਅੱਛਾ ਪਰੇਸ਼ਾਨ ਤੁਸੀਂ ਆਉਂਦੀ ਹੋ ਜਿਵੇਂ ਨਾ ਤੂੰ ਕੋਈ ਪੰਚਾਇਤੀ ਆਦਮੀ ਹੋ, ਬੜਾ ਵੱਡਾ ਕੋਈ ਫੈਸਲਾ ਆਉਣ ਵਾਲਾ ਤੁਹਾਡੇ ਕੋਲ ਘੰਟੇ ਕੁ ਤੱਕ, ਦੱਸੋ ਯਾਰ ਪਰੇਸ਼ਾਨੀ ਦੱਸੋ ਮੈਨੂੰ, ਕਿਸੇ ਵੇਲੇ ਗੱਲ ਕੀਤੀ ਸੱਚ ਵੀ ਹੋ ਜਾਂਦੀ ਹੈ, ਸਮਝ ਆਈ ਨਾ, ਤੈਨੂੰ ਇਸ ਗੱਲ ਦਾ ਇਲਮ ਨਹੀਂ ਹੈ, ਮੂੰਹ ਚ ਨਿਕਲੀ ਕਿਸੇ ਵੇਲੇ ਪੂਰੀ ਵੀ ਹੋ ਜਾਂਦੀ ਹੈ, ਮੇਰੇ ਤਾਂ ਮੇਰੇ ਖਿਆਲ ਗੱਲ ਕੋਈ ਨਹੀਂ, ਸਿਰਫ ਮੈਨੂੰ ਖਜਾਣ ਡਏ ਹੋ ਤੁਸੀਂ ਤੇ ਮੇਰਾ ਮਜ਼ਾ ਖਰਾਬ ਕਰ ਰਹੇ ਹੋ ਮੈਚ ਦਾ, ਯਾਰ ਤੇਰੀ ਮੈਂ ਪਲੇਟ ਸੁੱਟਤੀ ਚਾਟ ਵਾਲੀ, ਤੇਰਾ ਮਜ਼ਾ ਗਵਾ ਰਿਹਾ, ਤੈਨੂੰ ਮੈਂ ਕੀ ਕਹਿਤਾ ਵਾ, ਜਿਹੜੀ ਮੈਂ ਗੱਲ ਕਹਿ ਰਿਹਾ ਤੂੰ ਮੇਰੀ ਗੱਲ ਕਿਉਂ ਨਹੀਂ ਗੌਰ ਕਰਦਾ, ਮੈਨੂੰ ਦੱਸਣਾ ਤੇ ਫੇਰ ਹੀ ਪਤਾ ਲੱਗੇਗਾ, ਮੈਂ ਦੱਸੀ ਜਾ ਰਿਹਾ ਤੂੰ ਯਾਰ, ਤੇ ਦੱਸ ਯਾਰ ਮੇਰਾ ਯਾਰ ਮੈਂ ਦੱਸ ਦੇ, ਜਿਹੜਾ ਮੈਂ ਹਾਰ ਕੇ ਬੈਠਾ ਵਾਂ ਤੈਨੂੰ ਇਸ ਗੱਲ ਦਾ ਪਤਾ ਹੀ ਨਹੀਂ, ਤੈਨੂੰ ਪਤਾ ਲੱਗ ਜਾਵੇ ਤੂੰ ਮੇਰਾ ਮੇਰੇ ਕੋਲ
ਮੇਰੇ ਕੋਲੋਂ ਨਾ ਉੱਠ ਯਾਰ। ਮੈਂ ਤੁਹਾਡੇ ਕੋਲੋਂ ਹੁਣੇ ਉੱਠ ਜਾਣਾ, ਯਕੀਨ ਕਰੋ ਜਿੰਨੀ ਸਮੈਲ ਆ ਰਹੀ। ਮੈਂ ਤਾਂ ਪਤਾ ਨਹੀਂ ਕਿਸ ਤਰ੍ਹਾਂ ਬੈਠਾ, ਮੇਰੇ ਕੋਲੋਂ ਨਾ ਉੱਠੇ ਲੈ, ਡੰਡਲ ਪਈ ਤੁਹਾਨੂੰ। ਦੱਸੋ ਕੀ ਗੱਲ ਹੈ, ਇਹ ਗੱਲ ਹੀ ਹੈ। ਚਲੋ ਠੀਕ ਹੈ ਫਿਰ, ਰਹਿਣ ਦਿਓ। ਵਿੱਕੀ ਨਹੀਂ, ਹਾਂ ਤੂੰ ਭਰਾ ਲੱਗਦਾ, ਔਰ ਮੈਂ ਤੈਨੂੰ ਆਪਣੇ ਦਿਲ ਦਾ ਦੁੱਖ ਦੱਸਣਾ ਚਾਹੁੰਦਾ। ਮੈਂ ਅੱਜ ਤੱਕ ਕਿਸੇ ਨਾਲ ਗੱਲ ਨਹੀਂ ਕੀਤੀ। ਹੈਂ? ਅੱਜ ਤੱਕ ਇਸ਼ਾਰੇ ਕੀਤੇ, ਗੱਲ ਨਹੀਂ ਕੀਤੀ ਕਿਸੇ ਨਾਲ। ਯਾਰ ਮੈਂ ਤੇਰੇ ਨਾਲ ਸਿਰਫ ਗੱਲ ਕਰਨਾ ਚਾਹੁੰਦਾ। ਸਾਲਨ ਖਰਾਬ ਹੋ ਗਿਆ ਰਾਤ ਵਾਲਾ, ਇਹੋ ਜਿਹਾ ਬੰਦਾ ਇਸੇ ਗੱਲ ਤੋਂ ਪਰੇਸ਼ਾਨ ਹੁੰਦਾ ਹੁੰਦਾ। ਤੈਨੂੰ ਮੈਂ ਗੱਲ ਦੱਸਾਂ? ਹਾਂ ਜੇ ਤੂੰ ਸੁਣ ਲਵੇ ਤੇ। ਅੱਛਾ ਜੀ, ਗੱਲ ਇਹ ਹੈ ਕਿ ਨਾ ਸੂਟ ਸੜ ਗਿਆ ਕਾਟਨ ਦਾ। ਹਾਂ, ਇੱਕ ਬੰਦੇ ਕੋਲੋਂ 10,000 ਰੁਪਏ ਮਿਲੇ ਆ। ਕਿੰਨਾ? 10,000। ਇੱਕ ਬੰਦੇ ਕੋਲੋਂ? ਹਾਂਜੀ, ਇੱਕ ਕੋ ਲੈਣਾ ਸੀ, ਹੋਰ ਮੈਂ 20 ਜਣੇ ਆਉਣੇ। ਅੱਛਾ ਅੱਛਾ ਅੱਛਾ, ਚੁੱਕ ਕੇ ਲਿਆਉਣਾ ਸੀ ਉਹਨਾਂ ਨੇ। 10,000 ਲੈ ਲਿਆ? 10,000 ਲਿਆ। ਇਹ ਕੋ ਨਵੀਂ ਗੱਲ ਤੇਰੀ ਮਿਲਦਾ, ਸਭ ਕੋ ਪਰੇਸ਼ਾਨ ਤੇ। ਅਗਲੀ ਤੇ ਸੁਣ ਲੈ ਯਾਰ, ਅਗਲੀ ਤੇ ਸੁਣ ਲੈ ਯਾਰ। ਹਾਂ, ਜੇ ਐਨਕ ਲਾ ਲਾ ਤੇਰਾ ਵਜ਼ਨ ਉੱਤਰ ਜਾਏ। ਅੱਛਾ, ਹੁਣ ਕੀ ਹੋਇਆ, ਕੀ ਪੱਖਾ ਖਰਾਬ ਹੋ ਗਿਆ, ਗਰਮੀ ਆ ਗਈ ਕੋ? ਉਹ ਹੋਰ ਤੇਰੀ ਕੀ ਪਰੇਸ਼ਾਨੀ ਮਿਲਦਾ ਯਾਰ? ਵੇਖੀ, ਦੇਖ ਮੇਰੀ ਗੱਲ ਸੁਣ, ਜੇ ਤੁਹਾਨੂੰ ਅੱਲਾ ਨੇ ਮੁਕਾਮ ਦਿੱਤਾ ਨਾ। ਜੀ ਜੀ, ਅੱਲਾ ਦਾ ਸ਼ੁਕਰ ਹੈ। ਤੇ ਕਿਸੇ ਭੈਣ ਭਰਾ ਦਾ ਵੀ ਖਿਆਲ ਕਰਨਾ ਚਾਹੀਦਾ। ਨਹੀਂ, ਗੱਲ ਤੇ ਤੁਹਾਡੀ ਵੱਡੀ, ਕੋਈ ਸ਼ੱਕ ਨਹੀਂ। ਉਹ ਕਹਿੰਦੇ ਨੇ ਅੱਲਾ ਦਿੰਦਾ ਨਾ ਤੇ ਨਾਲ ਕਿਸੇ ਮਾੜੇ ਦਾ ਵੀ, ਖੇਸ਼ਾਂ ਦਰਵੇਸ਼ਾਂ ਦਾ ਵੀ ਖਿਆਲ ਕਰਨਾ ਚਾਹੀਦਾ। ਜੀ ਹਾਂਜੀ ਹਾਂਜੀ ਹਾਂਜੀ, ਇਹ ਲੈਣਾ ਮੈਂ ਬੜੀ ਵਾਰ ਸੁਣ ਚੁੱਕਿਆ, ਤੁਸੀਂ ਪੰਚ ਕਰੋ ਇਹਦੀ। ਗੱਲ ਇਹ ਆ ਵਿੱਕੀ ਕਿ ਮੈਂ ਇੱਕ ਬੰਦੇ ਕੋਲੋਂ 10,000 ਰੁਪਇਆ ਲਿਆ ਕਾਫੀ ਅਰਸਾ ਪਹਿਲੇ। ਓਏ ਹੋਏ, ਕਾਫੀ ਅਰਸਾ ਪਹਿਲੇ? ਹਾਂਜੀ। ਅੱਛਾ, ਕਾਫੀ ਅਰਸਾ ਨਾਮ ਵੀ ਕਹਿੰਦੇ ਨਾ ਤੇ ਮੈਨੂੰ ਯਕੀਨ ਸੀ, ਕਿਉਂਕਿ ਤੁਸੀਂ ਨਹੀਂ ਦਿੰਦੇ ਹੁੰਦੇ ਨਾ। ਉਹ ਬੰਦਾ ਹੁਣ ਮੈਨੂੰ 10,000 ਦੀ ਬਜਾਏ ਮੇਰੇ ਤੇ 1,00,000 ਰੁਪਇਆ ਪਾਈ ਬੈਠਾ। ਲੈ ਕਿੰਨੇ ਦੀ? ਸਹੀ ਸੱਚੀ ਦੱਸਣਾ ਮੈਨੂੰ। ਮੈਂ 10,000 ਰੁਪਇਆ ਲਿਆ। 10 ਲਿਆ? ਹਾਂਜੀ। ਉਹ ਕਹਿੰਦਾ ਤੂੰ 1,00,000 ਲਿਆ। ਉਹ 1,00,000 ਕਹਿ ਰਿਹਾ? ਹਾਂਜੀ। ਦੇਖੋ, ਮੇਰੇ ਤੋਂ ਗੱਲ ਪਤਾ ਕੀ, ਤੁਹਾਡਾ ਆਪਣਾ ਹਿਸਾਬ ਹੈ, ਉਸ ਬੰਦੇ ਦਾ ਆਪਣਾ ਹਿਸਾਬ। ਯਾਰ ਉਹਦਾ ਹਿਸਾਬ ਆ ਤੇ ਮੇਰਾ ਹਿਸਾਬ ਨਹੀਂ। ਹੈਂ? ਉਹਦਾ ਹਿਸਾਬ ਤੇ ਮੇਰਾ ਨਹੀਂ ਹੈਗਾ। ਤੁਸੀਂ 10 ਲਿਆ ਸੀ ਉਹਦੇ ਕੋਲੋਂ? 10 ਮੈਂ ਲਿਆ। ਅੱਛਾ, ਹਾਂਜੀ। ਉਹ ਕਹਿੰਦਾ 1,00,000? ਉਹ ਕਹਿੰਦਾ 1,00,000 ਰੁਪਇਆ। ਉਹ ਤੁਹਾਡੀ ਇੱਜ਼ਤ ਵਧਾ ਰਿਹਾ, ਗੱਲ ਨਹੀਂ ਸਮਝੇ? ਵਧਾ ਰਿਹਾ ਤੇ ਜਿਹੜੇ 10 ਲਿਆ ਉਹ, ਤੇ ਜਿਹੜਾ 90 ਲੈ ਰਿਹਾ ਮੇਰੇ ਕੋਲ ਵੱਧ, ਉਹ ਮੈਂ ਕਿੱਥੋਂ ਦੇਣਾ? ਉਹ ਤੁਹਾਡਾ 1,00,000 ਰੁਪਏ ਮੁੱਲ ਪਾ ਰਿਹਾ, ਤੁਸੀਂ 10,000 ਲਿਆ ਸੀ। ਵਿੱਕੀ, ਮੈਂ ਤੈਨੂੰ ਇਹੀ ਕਹਿ, ਤੁਹਾਡੇ ਵਰਗੇ ਨਾਮ, ਤੁਹਾਡੇ ਵਰਗੇ ਨਾਮ ਪਰ ਬੰਦਾ ਕਿਸੇ ਨੂੰ ਕੀ ਦੱਸੇਗਾ ਮੈਂ 10,000 ਲਿਆ ਸੀ? ਅੱਛਾ, ਕੀ ਤੁਹਾਨੂੰ 1,00,000 ਪਾਤਾ? ਹੁਣ ਕੀ ਗੱਲ ਹੈ? ਉਹ ਕਹਿੰਦਾ 1,00,000 ਲੈਣਾ। ਉਹ ਹੁਣ ਜਿਹੜਾ ਨਾ ਮੇਰੇ ਤੇ ਬਸੇਦਾ ਕਿ ਮੈਂ 1,00,000 ਹੀ ਲੈਣਾ। ਉਹ ਬੰਦਾ ਕੌਣ ਹੈ ਯਾਰ? ਯਾਰ ਬੰਦਾ ਜਿਹੜਾ ਵੀ ਹੈ, ਹਾਂ, ਉਹ ਮੇਰੇ ਕੋਲੋਂ 1,00,000 ਰੁਪਇਆ ਲੈ ਰਿਹਾ, ਧੱਕੋ ਧੱਕੀ 90,000 ਮੇਰੇ ਤੇ ਫਾਲਤੂ ਪਾ ਰਿਹਾ। ਤੁਸੀਂ ਜਦੋਂ ਪੈਸੇ ਲਏ ਉਹਨੂੰ ਕਿਹਾ ਸੀ ਕਿ ਮੈਂ ਤੈਨੂੰ ਇੰਨੇ ਦੇਵਾਂਗਾ? ਨਹੀਂ, ਐਸੀ ਕੋਈ ਗੱਲ ਨਹੀਂ ਹੋਈ। ਨਹੀਂ ਨਹੀਂ, ਫਿਰ ਤੇ ਉਹਨੂੰ 10,00,000 ਹੀ ਲੈਣਾ ਚਾਹੀਦਾ ਸੀ। ਇਹ ਮੇਰੇ ਕੋਲੋਂ 10 ਲਵੇ ਨਾ, ਹਾਂ, ਮੈਂ ਜਦੋਂ ਵੀ ਦੇ ਲਵਾਂ। ਤੇ 10 ਦਵੋ ਨਾ, 10 ਦਿੱਤਾ ਕਿਉਂ ਨਹੀਂ ਉਹਨੂੰ? ਉਹ ਦੇ ਦਾਂਗਾ ਮੈਂ ਜਦੋਂ ਵੀ ਦਵਾਂ ਮੇਰੇ ਦਾ। ਤੁਹਾਡਾ ਤੇ ਮਾਈਂਡ ਕਦੋਂ? ਯਾਰ ਗੱਲ ਤੇ ਪੂਰੀ ਸੁਣ ਲਾ ਵਿੱਕੀ, ਪੂਰੀ ਗੱਲ ਤੇ ਸੁਣ ਲਾ ਯਾਰ, ਤੂੰ ਮੇਰੇ ਦੁੱਖ ਨੂੰ ਵਧਾ ਰਿਹਾ, ਘਟਾ ਨਹੀਂ ਰਿਹਾ। ਤੁਸੀਂ ਜਿੰਨੇ ਪੈਸੇ, ਤੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਬਣਦੀ ਹੈ। ਤੁਸੀਂ ਜਿੰਨੇ ਪੈਸੇ ਲੈ ਲੈ ਰਹੇ ਨਾ, ਅੱਲਾ ਤੁਹਾਨੂੰ ਜ਼ਿੰਦਗੀ ਦੇ, ਤੁਸੀਂ ਆਪਣੇ ਜਨਾਜ਼ੇ, ਆਪਣੇ ਜਨਾਜ਼ੇ 'ਤੇ ਨਾ ਮੰਜੇ ਤੋਂ ਉੱਠ ਕੇ ਕਹਿਣੇ ਕਿ ਭਾਈ ਜੀ ਮੇਰੇ ਕੋਲ ਜਿੰਨੇ ਜਿੰਨੇ ਲੈਣਾ ਇਹ ਮੈਂ ਖਲੋਤਾ ਜੀ, ਮੈਨੂੰ ਮਾਫ਼ ਕਰ ਦਿਓ, ਅਤੇ ਫਿਰ ਮਰ ਜਾਣਾ। ਹੱਦੋ ਬਈ ਯਾਰ। ਯਾਰ ਜੇ ਮੈਂ ਉਹਦੇ ਕੋਲ ਲੈ ਹੀ ਬੈਠਾ, ਹਾਂ, ਤੇ ਕੀ ਨੁਕਸਾਨ ਆ? ਮੈਂ ਵਾਪਸ ਬੰਦਾ ਦੇ ਹੀ ਦਿੰਦਾ, ਲੈਣ ਦੇਣ ਦੁਨੀਆ ਤਾਂ ਬਣਿਆ ਯਾਰ। ਦਿਓ ਕਿਤੇ ਫਿਰ ਉਹਨੂੰ ਮਿਲਦਾ ਸਭ, ਉਹ ਪਾਗਲ ਹੀ ਯਾਰ, ਤੁਹਾਨੂੰ ਕਹੀ ਜਾ ਰਿਹਾ। ਉਹ ਯਾਰ ਮੈਂ ਦੇਣੇ ਹੀ ਤੇ ਮੈਂ ਕਹਿ ਰਿਹਾ ਵਾਂ, ਮੈਂ ਮੰਨਣ ਜੁੜਿਆ ਤੇਰੇ ਸਾਹਮਣੇ ਵਿੱਕੀ। ਅੱਛਾ, ਤੇ ਮੈਂ ਉਹਨੂੰ ਕੀ ਕਹਿਣਾ ਵੀ ਤੈਨੂੰ ਮੈਂ ਨਹੀਂ ਦੇਣੇ? ਹੁਣ ਕੀ ਕਹਿੰਦਾ ਉਹ? ਹੁਣ ਮੇਰੇ ਤੇ ਜ਼ਬਰਦਸਤੀ ਜਿਹੜਾ 1,00,000 ਰੁਪਇਆ ਪਾ ਰਿਹਾ ਕਿ ਮੈਂ ਤੇਰੇ ਕੋਲ 1,00,000 ਲੈਣਾ। ਤੁਸੀਂ ਕੀ ਕਿਹਾ? ਮੈਂ ਤੁਹਾਨੂੰ ਕਹਿੰਦਾ ਐਡਾ ਕਾਦਾ ਉਹਦਾ ਚੰਗਾ ਭਲਾ ਹੈ, ਔਰ ਬੜਾ ਡਰਾਉਣਾ ਚਿਹਰਾ। ਅੱਲਾ ਦੀ ਕਸਮ, ਹਾਂਜੀ, ਨਹੀਂ ਯਾਦ ਵਜੋਂ ਪਰੇਸ਼ਾਨੀ ਵਾਲੀ ਗੱਲ ਹੈ। ਇਹ ਕਦੋਂ ਲਏ ਸੀ ਪੈਸੇ ਮੇਰੇ ਦਾ ਸਭ ਤੁਸੀਂ? ਉਹ ਯਾਰ ਮੈਂ ਉਹਦੇ ਕੋਲ ਲਏ ਆ, ਕੋਈ ਐਡਾ ਅਰਸਾ ਨਹੀਂ ਹੋਇਆ। ਅੱਛਾ ਅੱਛਾ, ਗੁਜ਼ਾਰਾ ਦੇਰ ਨਹੀਂ ਹੋਈ? ਆਹ 2 ਸਾਲ ਹੋਏ ਹੈ। ਕਿੰਨੇ? 2 ਸਾਲ ਬਸ? ਹਾਂਜੀ, ਹਾਂ, ਪਿਛਲੇ ਜਿਵੇਂ ਦੀ ਗੱਲ ਹੈ ਨਾ, ਤੁਹਾਡੇ ਲਈ 2 ਸਾਲ ਕੋਈ ਗੱਲ ਨਹੀਂ ਮੇਰੇ ਦਾ ਸਾਹਿਬ, 2 ਸਾਲ। ਉਹ ਯਾਰ, ਹਾਂਜੀ, 2 ਸਾਲ ਹੋਏ ਨਾ? ਹਾਂਜੀ, ਬਹੁਤ ਅਰਸਾ ਤੇ ਨਹੀਂ? ਨਹੀਂ ਨਹੀਂ ਨਹੀਂ, ਜ਼ਿਆਦਾ ਅਰਸਾ ਤੇ ਹੈ, ਤੁਹਾਨੂੰ ਦੇਣਾ ਹੀ ਹੈ ਨਾ। ਮੈਂ ਉਹਦੇ ਰੱਖ ਲੈਣੇ। ਕਿਹੜੀ ਦੁਨੀਆ 'ਚ ਰਹਿ ਰਹੇ ਹੋ, ਕਿਹੜੀ ਸਦੀ 'ਚ ਤੁਸੀਂ? ਕਿੰਨੀ ਉਮਰ ਹੋਣੀ ਤੁਹਾਡੀ? 19,000 ਸਾਲ ਹੋਣੀ ਹੈ। 2 ਸਾਲ ਇੱਕ ਅਰਸਾ ਹੁੰਦਾ ਮਿਰਜ਼ਾ ਸਾਹਿਬ, ਕੁਛ ਯਾਦ ਕਰੋ ਕੁਛ। ਵਿੱਕੀ, ਤੂੰ ਕੀ ਨਹੀਂ ਕਰ ਸਕਦਾ? ਹੈ, ਅੱਲਾ ਨੇ ਤੈਨੂੰ ਦਿੱਤਾ, ਤੁਸੀਂ ਲੈ ਲਓ ਮੇਰੇ ਕੋਲੋਂ, ਹੋਰ ਦੱਸੋ। ਤੇ ਮੈਂ ਤੇਰੇ ਅੱਗੇ ਇੱਕ ਗੁਜ਼ਾਰਿਸ਼ ਕਰਦਾ ਕਿ ਮੈਨੂੰ 10,000 ਰੁਪਈਆ ਤੂੰ ਦੇ ਦੇ। ਅੱਛਾ ਜੀ, ਮੈਂ ਤੈਨੂੰ 2 ਸਾਲਾਂ 'ਚ ਥੋੜ੍ਹੇ ਥੋੜ੍ਹੇ ਕਰਕੇ ਦੇ ਦੇ। ਕਿੰਨੇ ਸਾਲਾਂ 'ਚ? 2 ਸਾਲਾਂ 'ਚ। ਪੱਕੀ ਗੱਲ ਹੈ? ਹਾਂ, ਮੇਰਾ ਤੇਰੇ ਨਾਲ ਵਾਅਦਾ, ਜਿਹੜੇ ਮੈਂ ਦੇਣੇ ਹੱਥ ਬੰਨ੍ਹ ਕੇ ਦੇਵਾਂ। ਨਹੀਂ 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 ਮੇਰਾ ਪੈਸੇ, ਤੁਸੀਂ ਮੈਨੂੰ ਬੜੀ ਗੱਲ ਹੈ, 2 ਸਾਲ 'ਚ ਇਹ ਮਿਰਜ਼ਾ ਸਾਹਿਬ
ਮੇਰਾ ਖਿਆਲ ਹੈ ਕੋਈ 15 ਰੁਪਏ ਮਹੀਨਾ ਵੀ ਬਣ ਰਿਹਾ ਹੈ ਯਾਰ, 2 ਸਾਲਾਂ 10,000 ਰੁਪਏ ਯਾਰ, 10,000 ਰੁਪਏ ਤੈਨੂੰ ਮੈਂ ਦੇ ਦੇਗਾ 2 ਸਾਲਾਂ 'ਚ, ਮੈਂ ਤੈਨੂੰ ਇੱਕ ਦਿਨ ਵੀ ਵੱਧ ਨਹੀਂ ਹੋਏਗਾ, ਤੁਸੀਂ ਨਾ ਇੱਕ ਘੰਟਾ ਅੱਧਾ ਘੰਟਾ ਵੀ ਵੱਧ ਨਹੀਂ ਹੋਏਗਾ, ਜਿੱਡੀ ਵੱਡੀ ਰਕਮ ਹੈ ਨਾ ਮੇਰੇ ਦਾ। ਉੱਥੋਂ ਸਟਾਮ ਲਿਆਓ ਸੁਬਹ 120 ਵਾਲਾ, ਉਹ ਤੇ ਮੈਨੂੰ ਵਸੀਅਤ ਲਿਖ ਦਿਓ ਆਪਣੇ ਬੱਚਿਆਂ ਨੂੰ ਕਿ ਜੀ ਅਗਰ ਮੈਂ ਮਰ ਮਰਾ ਗਿਆ ਇਹਨੂੰ ਪੈਸੇ ਦਿੰਦੇ ਰਹਿਣੇ, ਕਿਉਂਕਿ ਰਕਮ ਬਹੁਤ ਵੱਡੀ ਹੈ। 2 ਸਾਲਾਂ ਦੇ 10,000, ਸ਼ਾਬਾਸ਼, ਇਹ ਗੱਲ ਉਹਨੂੰ ਕਹਿ ਲੈਂਦੇ। ਯਾਰ ਮੈਂ ਡਿਲੇ ਵੀ ਨਹੀਂ ਕਰਾਂਗਾ, ਮੇਰਾ ਵਾਅਦਾ ਕਰਾਂਗਾ, ਪੂਰਾ ਕਰਾਂਗਾ। ਜਿੰਨੇ ਕੁ ਪੈਸੇ ਬਣਦੇ ਆ ਤਾਂ ਬੰਦਾ ਰੋਜ਼ ਦੇ ਸਕਦਾ, ਡਿਲੇ ਵੀ ਨਹੀਂ ਕਰਾਂਗਾ। ਐਡਾ ਸਾਲ ਨਾ ਕਰੋ ਮੇਰੇ ਤੇ, 2 ਸਾਲ ਕੋ ਯਾ ਕਰ ਯਾਰ, ਮੇਰੀ ਗੱਲ ਸੁਣ ਲਾ, ਤੇਰੇ ਨਾਲ ਮੈਂ ਕਦੀ ਵੀ ਕੋਈ ਜਾਲੀ ਗੱਲ ਨਹੀਂ ਕੀਤੀ। ਜਿਹੜੀ ਅਸਲ ਕਰ ਰਿਹਾ ਨਾ ਮੇਰੇ ਦਾ, ਉਹ ਮੈਂ ਸੁਣੀ ਨਹੀਂ। ਉਹ 10 ਸਾਲਾਂ 'ਚ, ਉਹ ਯਾਰ 2 ਸਾਲਾਂ 'ਚ 10,000 ਰੁਪਇਆ ਯਾਰ ਮੇਰੇ ਦਾ। ਮੇਰੇ ਦਾ ਗੱਲ ਪਤਾ ਕੀ, ਤੁਸੀਂ ਮੇਰੇ ਵੱਡੇ ਭਾਈ ਹੋ, ਅੱਲਾ ਤੁਹਾਨੂੰ ਜ਼ਿੰਦਗੀ ਦੇ, ਤੁਹਾਡੇ ਦੁੱਖ ਮੈਂ ਸਮਝਦਾ, ਪੈਸੇ ਨਹੀਂ ਮੈਂ ਦੇਣੇ। ਹਾਂਜੀ ਯਕੀ, ਤੇਰੀ ਮਿਹਰਬਾਨੀ ਹੈ, ਮੇਰੇ ਕੋਲ ਹੈ ਨਹੀਂ ਮੇਰੇ ਦਾ। ਸਭ ਯਾਰ ਮੈਨੂੰ ਫੋਨ ਆ ਰਹੇ ਆ ਰਾਤ ਦਿਨ, ਉਹਨਾਂ ਨੇ ਮੇਰਾ ਜੀਣਾ ਹਰਾਮ ਕੀਤਾ ਹੈ। ਫੋਨ ਆ ਰਹੇ ਨੇ? ਹਾਂਜੀ, ਔਰ ਉਹ ਵੀ ਆ ਰਹੇ ਨੇ, ਮਹੱਲੇਦਾਰੀ ਹੈ। ਕਿੰਨੇ ਕੁ ਫੋਨ ਆ ਰਹੇ? ਸਿਰਫ ਤੁਹਾਡੇ ਲਈ ਪੈਕੇਜ ਕੀਤਾ ਉਹਨਾਂ ਨੇ ਕਿ ਤੁਹਾਨੂੰ ਫੋਨ ਕਰੀ ਜਾਂਦੇ? ਯਾਰ ਮੈਂ ਸ਼ਰੀਫ ਆਦਮੀ ਆ, ਮਹੱਲਾ ਤੈਨੂੰ ਪਤਾ ਹੈ ਕਿ ਵਸਦਾ ਮਹੱਲਾ ਵਾ, ਜੇ ਮੈਨੂੰ ਕੋਈ ਇੱਥੇ ਆ ਕੇ ਮੈਨੂੰ ਹੱਥੋਂ ਪਾਈ ਹੋਣ, ਮੈਨੂੰ ਗਾਲਾਂ ਕੱਢਣ, ਤੇ ਮੇਰੇ ਪੱਲੇ ਕੀ ਰਹਿ ਗਿਆ? ਓਏ ਹੋਏ ਹੋਏ, ਗੱਲ ਤਾਂ ਠੀਕ ਹੈ, ਮੇਰੀ ਇੱਜ਼ਤ ਬੇਇੱਜ਼ਤੀ ਦਾ ਤੂੰ ਜਿਹੜਾ ਨਾ ਜ਼ਿੰਮੇਵਾਰ ਆ। ਤੇ ਜਦੋਂ ਲਏ ਸੀ ਇਹ ਗੱਲ, ਮੈਨੂੰ ਉਦੋਂ ਦੱਸੀ ਸੀ ਤੁਸੀਂ ਕਿ ਮੈਂ ਲੈਣ ਲੱਗਾ, ਹੁਣ ਮੇਰੀ ਇੱਜ਼ਤ ਬੇਇੱਜ਼ਤੀ ਦਾ ਤੂੰ ਜ਼ਿੰਮੇਵਾਰ ਆ? ਮੈਨੂੰ ਕਿਉਂ ਇੱਥੇ ਨਹੀਂ ਸੀ ਹੈਗਾ? ਹੈ, ਉਹ ਇੱਥੇ ਨਹੀਂ ਸੀ, ਤੁਸੀਂ ਹੁੰਦਾ ਤੇ ਮੈਂ ਤੇਰੇ ਕੋਲ ਲੈਂਦਾ, ਮੈਂ ਉਹਦੇ ਕੋਲ ਕਿਉਂ ਲੈਂਦਾ? ਲੋ ਜੀ, ਤੁਸੀਂ ਜ਼ਿਹਨ ਬਣਾ ਲਓ ਕਿ ਮੈਂ ਹੁਣ ਵੀ ਇੱਥੇ ਨਹੀਂ ਹੈਗਾ, ਮੈਂ ਹੈ ਹੀ ਨਹੀਂ ਇੱਥੇ। ਚਲੋ, ਹੱਦ ਹੋ ਗਈ ਯਾਰ, ਹੁਣ ਕਿਸੇ ਦੀ ਪਰੇਸ਼ਾਨੀ ਵੇਖ ਲਈ ਦੀ ਹੁੰਦੀ। ਹੁਣ ਫੋਨ ਆ ਰਿਹਾ ਤੁਹਾਨੂੰ, ਹੁਣ ਬਾਰ ਬਾਰ ਪਰੇਸ਼ਾਨ ਕਰ ਰਹੇ, ਥ੍ਰੈਡ ਕਰ ਰਹੇ, ਔਰ ਉਹ ਬੰਦੇ ਉਧਰੋਂ ਟੁੱਟ ਪਏ ਨੇ। ਹੈ? ਹਾਂਜੀ, ਉਹ ਬੰਦੇ ਆ ਰਹੇ। ਹਾਂਜੀ, ਚਲੋ, ਔਰ ਬੰਦੇ ਵੀ ਬਦੀਤ ਨੇ, ਉਹ ਕਿਸੇ ਦਾ ਲਿਹਾਜ਼ ਨਹੀਂ ਕਰਨ ਵਾਲੇ। ਹਾਂ, ਮੈਨੂੰ ਐਸ ਉਮਰੇ ਮਾਰਨਗੇ, ਕੋਈ ਕੁੱਟਣਗੇ, ਕੋਈ ਜ਼ਿਆਦਤੀ ਕਰਨਗੇ, ਤੇ ਤੂੰ ਜੇਬ 'ਚ 10,000 ਰੁਪਏ ਲੈ ਕੇ ਫਿਰੇਗਾ, ਤੈਨੂੰ ਠੰਡ ਪੈ ਜਾਏਗੀ। ਦੱਸੋ, ਮੈਂ ਵਾਕਈ, ਮੈਂ ਤਾਂ ਯਕੀਨ ਕਰੋ, ਮੈਂ ਤਾਂ ਬਰਦਾਸ਼ਤ ਨਹੀਂ ਕਰ ਸਕਦਾ, ਮੈਂ ਇਸ ਤੋਂ ਚਲੇ ਜਾਵਾਂਗਾ। ਯਾਰ ਵੀ ਕੀ ਦੇਖ ਤੇ ਸਹੀ, ਤੂੰ ਯਕਦਮ ਤੂੰ ਵੀ ਗੈਰ ਹੋ ਗਿਆ। ਅੱਛਾ, ਨਾ ਯਾਰ, ਇਸ ਤਰ੍ਹਾਂ ਨਾ ਕਰੀ। ਬਹਰਾਲ ਮੇਰੇ ਕੋਲ ਮੇਰੇ ਤਾਂ ਪੈਸੇ ਨਹੀਂ ਹੈਗੇ, 10,000 ਰੁਪਇਆ ਯਾਰ, ਤੂੰ 2 ਸਾਲਾਂ 'ਚ ਮੈਨੂੰ ਮੋੜ ਲਿਆ ਮੇਰੇ ਦਾ, ਤੂੰ ਜਾ ਯਾਰ ਕੰਮ ਕਰ, ਜਾ ਕੇ ਦੇਖੀ, ਦੇਖ ਲਾ ਤੂੰ, ਜਦੋਂ ਆਣਗੇ ਨਾ ਉਦੋਂ ਵੇਖ ਲਾਂਗੇ ਯਾਰ, ਛੱਡ ਦੇ ਤੂੰ। ਹਾਂ ਯਾਰ, ਉਹ ਆ ਰਹੇ ਨੇ, ਮੈਂ ਕਹਿ ਰਿਹਾ ਆ ਰਹੇ ਨਾ। ਹਾਂਜੀ, ਉਹਨਾਂ ਦਾ ਪਤਾ ਹੀ ਨਹੀਂ ਕਿਹੜੇ ਵੇਲੇ ਆ ਜਾਣ। ਤੇ ਮਿਲੋ ਨਾ, ਪਹਿਲੇ ਤੂੰ ਜਾ ਕੇ ਮਿਲਿਆ ਸੀ, ਹੁਣ ਆ ਕੇ ਮਿਲਣਗੇ। ਯਾਰ ਮੈਂ ਤੇ ਮਿਲਾਂ ਤਦ ਜੇ ਮੇਰੇ ਕੋਲ ਕੁਝ ਹੋਵੇ। ਹੁਣ ਤੇਰਾ ਖਿਆਲ, 10 ਮੈਂ ਦੇ ਦੇ ਯਾਰ, 10 ਮੈਂ ਦੇ ਦੇ। ਹਾਂ ਦੇ ਦੇ ਯਾਰ, 2 ਸਾਲ ਸਬਰ ਨਾਲ ਬੈਠਾ ਰਹਾਂ ਕਿ 10,000 ਮੈਨੂੰ ਆਏਗਾ। ਕੋਈ ਨਹੀਂ, ਅਖੀਰ ਮੈਂ ਤੈਨੂੰ ਦੇਣੇ ਆ। ਹਾਂ ਨਹੀਂ, ਤੂੰ ਬਰਦਾਸ਼ਤ ਕਰ ਲਏਗਾ, ਉਹਨਾਂ ਨੇ ਨਹੀਂ ਉਹ ਕਰਨਾ। ਸਾਰੀ ਗੱਲ ਹੈ ਮੇਰੇ, ਉਹੀ ਗੱਲ ਹੈ ਮੇਰੇ ਦਾ ਕਿ ਜਦੋਂ ਵਿਗੜਨੀ ਸੀ ਤੁਹਾਡੇ ਨਾਲ ਵਿਗੜਨੀ, ਮੇਰੇ ਨਾਲ ਤਾਂ ਨਹੀਂ। ਭੁਗਤੋ ਔਰ ਮੇਰਾ ਤਾਂ ਪਰੇਸ਼ਾਨੀ ਪਾਣੀ, ਮੈਂ ਹੁਣ ਕੀ ਕਰ ਸਕਦਾ ਯਾਰ, ਮੈਂ ਤਾਂ ਪਹਿਲੇ ਹੀ ਬੜਾ ਚੱਲੀ ਬੈਠਾ ਤੁਹਾਡਾ। ਦੇਖ ਲੈ ਵੀ ਕੀ ਕੋਈ ਆ ਜਾਏਗਾ, ਕੁੱਕ ਜਾ ਜਾਏਗਾ ਕੀ ਮਤਲਬ? ਉਹ ਆ ਗਏ ਤੇ ਯਾਰ ਮੇਰਾ, ਮੇਰੇ ਮੇਰੇ ਪੱਲੇ ਕੁਛ ਨਹੀਂ ਰਹਿਣਾ ਮੇਰੇ ਦਾ, ਤਾਂ ਮੈਂ ਕੁਛ ਨਹੀਂ ਕਰ ਸਕਦਾ, ਬਹੁਤ ਹੋ ਗਈ, ਮਿਹਰਬਾਨੀ ਕਰੋ, ਕਰਦੇ ਯਾਰ ਕੁਛ, ਛੱਡ ਦੇ ਯਾਰ ਮੇਰੇ ਦਾ, ਤੂੰ ਕਰਦੇ ਹਰ ਵਾਰੀ ਤੇਰਾ ਇਹੀ ਕੰਮ ਹੁੰਦਾ ਯਾਰ। ਨਹੀਂ ਯਾਰ, ਨਹੀਂ ਕੀ, ਤੇਰੀ ਮਿਹਰਬਾਨੀ, ਉਹ ਮਿਹਰਬਾਨੀ ਹੋ ਗਈ ਯਾਰ ਮੇਰੇ ਦਾ, ਜਾਣ ਦੇ ਮੈਂ ਲੱਗਦਾ ਉਹ ਹੀ ਹੈ ਤੇ ਮੇਰਾ ਮਿਰਦਾ। ਉਹ ਗੱਲ ਤਾਂ ਸੁਣ ਮਿਰਦੇ, ਚੂਹਾ ਖਾਣ ਲੱਗਿਆ ਤੂੰ, ਉਹ ਛੱਡ ਦੇ ਉਹਨੂੰ, ਕੋਈ ਇੱਥੇ ਨਹੀਂ ਹੈਗਾ। ਉਹ ਤੂੰ ਤਾਂ ਮੈਨੂੰ ਬਿਲਕੁਲ ਹੀ ਕੰਡ ਕਰਤੀ ਯਾਰ, ਉਹਨੂੰ ਕੋਈ ਹਫ਼ਤਾ ਹੋ ਗਿਆ, ਵੀ ਚੀਚਾ ਪਤਨੀ ਭੁੱਖ ਜਿਹਾ ਲੱਗਿਆ। ਇਹ ਬੱਸ ਇੱਧਰ ਨੂੰ ਵੀ ਜਾਂਦੀ ਕੋਈ? ਯਾਰ ਮੈਂ ਤਾਂ ਠਹਿਰ ਦੇ ਯਾਰ, ਵੇਖਣ ਮੈਨੂੰ ਉਹ ਮੇਰਾ ਨਾ ਦੱਸੀ ਵੀ ਕੀ ਸਾਡੇ ਯਾਰ ਮੇਰਾ ਮਿਰਦਾ। ਹਾਂ, ਬੱਚੇ ਖੜਕਾਉਣ ਦੇ ਬੂਆ ਪਾ, ਲੱਖ ਲਾਨਤ ਹੈ ਯਾਰ, ਬੱਚੇ ਸ਼ਰਾਰਤੀ, ਫੇਰ ਉਹ ਹੀ ਨੇ, ਤੈਨੂੰ ਕਿਹਾ ਉਹ ਤੂੰ ਮੰਨਣ ਨਹੀਂ ਲਿਆ, ਉਹ ਹੀ ਨੇ ਯਾਰ ਤੂੰ। ਨਹੀਂ ਮੈਂ ਕਿਹਾ ਹੁਣ ਉਹ ਹੀ ਹੱਥ ਪਾਰਾ ਸੀ, ਵੀ ਕੀ ਮੰਨ ਲਿਆ, ਉਹ ਹੀ ਨੇ, ਇੰਨੀ ਗੱਲ ਸੀ ਮਿਰਜ਼ਾ, ਹੈ ਉਹ ਹੀ ਨੇ, ਹੈ ਉਹ ਹੀ ਨੇ, ਤੇਰਾ ਭਰੇਕਾ ਹੀ ਫਿਰ ਉਹ ਹੀ ਨੇ, ਉਹ ਨੇ ਬਾਹਰ ਆ ਜਾ ਯਾਰ। ਉਹ ਨਾ ਨਾ, ਮੈਂ ਇੱਥੇ ਠੀਕ ਆ, ਫੇਰ ਖੜਨਾ ਉਹ ਨਹੀਂ ਹੈਗਾ ਯਾਰ, ਉਹ ਬੂਹੇ ਅੱਗੇ ਖੜੇ ਨੇ ਭਾਈ। ਕੌਣ ਬੂਹੇ ਅੱਗੇ ਖੜੇ? ਲੈਣ ਵਾਲੇ। ਉਹ ਯਾਰ, ਉਹ ਬਾਹਰ ਮਿਰਦਾ, ਉਹ ਬੱਚੇ ਨੇ ਯਾਰ।
यार वो बच्चियां दे बड़े हो जाने हैं तानू ही पता। मेरा यकीन कर बहुत बुरा लग रहा है यार। यार बुरा लग रहा हूँ बंदे नू अपना बचाना नहीं ठीक। तू बिल्कुल एडी माड़ी मिली बाहर आ यार। वैसे मान ना बहुत परेशान किया यार। तेन की मसला है? मसला यार एक तो हाँ जिन्हू बनी हो पता होंगे। मिर्जा तू तो बिल्कुल ही यार स्ट्रेचेबल जी आदमी तू तो इन्नी की जगह च पड़ गया यार। वो कैजुअल ही है। कैजुअल नहीं स्ट्रेचेबल। ओए आओ वे भाई इस वेले बंदा जेड़ा ना होए होए डरिया बहुत दूर तक डरिया रहंदा। मिर्जा साहब पैसे लैण दे पहले सोचीदा होंदा हुण पता यार पैसे लैणे कोई जुर्म नहीं दुनिया ते लैण देण बड़े आ। हां ना देणे जुर्म हैगा ये पता है। ओ यार मैं कदों कहना नहीं देणे मैं देणे आ। छड यार मिर्जा मैं हुण तेनू कुछ खाणा पीणा नहीं कोई खाणा पीणा। अच्छा जी उन्हां नूं कुमार ही खावांगे। फिर कि तेरा माइंड बन गया? माइंड की मैनूं वक्त नजर आ रहा है। अल्लाह दे कर गया यार है ठहर जाण वेख के ना मैं यार देखी मैं। ओए होए मिर्जा हां ओ यार इधरो ये 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 बच्चे ही है। अरे मां प्यो नूं दसो उन्होंने क्यों बाहर कढ़िया है। किन्ने नूं बच्चे ने तो बिलकुल ही ना यार। यार एक मिनट है हाँ? मैं आप जाना बुआ खड़काई जान डे ने। सलाम लई है तेरे नाल फोन ही नहीं चुक रहा तू यार। जरा मैं ਕਿਹੜਾ ਮਸਰੂਫ ਸੀ ਤੂੰ? 3 ਘੰਟੇ ਤੋਂ ਮੈਂ ਤੈਨੂੰ ਫੋਨ ਕਰ ਰਿਹਾ ਹਾਂ ਫੋਨ ਹੀ ਨਹੀਂ ਚੁੱਕ ਰਿਹਾ ਤੈਨੂੰ ਸਾਡੇ ਤੋਂ ਡਰ ਨਹੀਂ ਲੱਗਦਾ? ਭਾਈ ਜਾਨ ਮੇਰੀ ਗੱਲ ਤੇ ਸੁਣੋ ਤੁਸੀਂ ਕੋਈ ਐਵੇਂ ਪਰੇਸ਼ਾਨ ਨਾ ਹੋਵੋ ਮੈਂ ਉੱਥੇ ਬੈਠਾ। ਕੀ ਕਹਿ ਰਿਹਾ ਸਾਨੂੰ ਤੂੰ? ਕਮਾਲ ਕੀਤੀ ਖਲੋਤਾ ਸਾਨੂੰ ਤੂੰ ਵੱਖਰੀ ਰੰਗਬਾਜ਼ੀ ਲਾਈ ਹੋਈ ਹੈ। ਸਾਡਾ ਫੋਨ ਹੀ ਨਹੀਂ ਚੁੱਕ ਰਿਹਾ ਜੇ ਤੈਨੂੰ ਅਸੀਂ ਚੁੱਕ ਲਿਆ ਤੇ ਫਿਰ? ਯਾਰ ਮੇਰੀ ਗੱਲ ਤੇ ਸੁਣੋ। ਕੀ ਸੁਣੋ ਤੇਰੀ ਗੱਲ? ਯਾਰ ਮੈਂ ਅੰਦਰ ਮਸਰੂਫ ਸੀ। ਮੈਂ ਮਸਰੂਫ ਸੀ ਤੂੰ ਕੀ ਕਲਾਸ ਲਾਈ ਹੋਈ ਅੰਦਰ? ਚੱਲ ਅੱਜ ਤੇਰਾ ਸਾਰਾ ਸਮਾਨ ਨਾਲ ਵੇਟ ਕੇ ਲੈ ਕੇ ਗਏ ਤੇ ਪਤਾ ਲੱਗ ਜਾਏਗਾ ਤੇਰਾ। ਯਾਰ ਮੇਰੀ ਗੱਲ ਤੈਨੂੰ ਪੂਰਾ ਡਰ ਨਹੀਂ ਲੱਗਦਾ ਸਾਡੇ ਕੋਲੋਂ? ਓ ਯਾਰ ਮੇਰੀ ਗੱਲ ਤੇ ਸੁਣ। ਸਾਡੇ ਪੈਸੇ ਖਾ ਕੇ ਕਮਾਲ ਹੈ ਸਾਡੀ ਬਿੱਲੀ ਤੇ ਸਾਨੂੰ ਹੀ ਮਿਉਂ ਬੈਠੇ ਨਾ ਤੇ ਥੱਲੇ ਬੈ। ਓ ਥੱਲੇ ਬੈ ਆਸ਼ਤਾ ਕੀ ਆਸ਼ਤਾ ਬੋਲ ਯਾਰ ਮੱਲੇ ਤੇ ਪ੍ਰੋਫੈਸਰ ਲੱਗਾ ਤੂੰ ਥੱਲੇ ਬੈ। ਯਾਰ ਦਿਲਾਵਰ ਦੇਖ ਯਾਰ ਕੋ ਖਿਆਲ ਕਰ ਮੇਰੀ ਵੀ ਕੋ ਮੱਲੇ ਚ ਇੱਜ਼ਤ ਹੈਗੀ ਹੈ। ਤੇਰੀ ਇੱਜ਼ਤ ਤੇ ਮੱਲੇ ਦੇ ਵਿੱਚ ਤੈਨੂੰ ਦਿਲਾਵਰ ਦਾ ਖਿਆਲ ਹੀ ਨਹੀਂ। ਓ ਦਿਲਾਵਰ ਤੇਰੇ ਮਗਰ ਆਏਗਾ ਉਹ ਤੇਰੇ ਮਗਰ ਪੈਸੇ ਲੈਣ ਆਏਗਾ। 1 ਲੱਖ ਰੁਪਏ ਦਾ ਇੰਤਜ਼ਾਮ ਕਰ। ਉਹ ਯਾਰ ਦਿਲਾਵਰ ਮੈਂ ਤੇਰੇ ਕੋਲ 10,000 ਰੁਪਏ ਲਿਆ ਤੂੰ ਮੈਂ ਕਹਿ ਰਿਹਾ 1 ਲੱਖ ਰੁਪਏ ਦੇਣਾ ਤੂੰ ਕਮਾਲ ਹੋ ਗਈ ਤੇਰੇ ਲਈ। 10,000 10,000 10,000 ਪਰ ਉਹ ਇੱਥੇ ਦਿਲਾਵਰ ਤੇਰੇ ਬੂਹੇ ਤੇ ਆਏਗਾ। ਉਹ ਆਸਤਾ ਬੋਲ ਕੀ ਹੋ ਗਿਆ ਕੀ ਹੈ? ਕੰਧਾਂ ਨੂੰ ਵੀ ਕੰਨ ਨੂੰ ਉਹ ਕੰਧਾਂ ਨੂੰ ਕੰਨ ਨੇ ਜਾ ਕੇ ਕੰਧਾਂ ਨੂੰ ਕਹਿ ਦਿਲਾਵਰ ਤੇ ਗੱਲ ਪੈ ਜਾ। ਪੈਸੇ ਦੇਣੇ ਨੇ ਗੱਲਾਂ ਨਹੀਂ ਸੁਣਨੀਆਂ ਮੈਂ ਤੇਰੀਆਂ। ਹੈਲੋ ਕੀ ਹੋ ਗਿਆ ਯਾਰ? ਹੈਲੋ ਯਾਰ ਉਹ ਯਾਰ ਦਿਲਾਵਰ ਕੀ ਹੈ? ਯਕੀਨ ਕਰ ਯਾਰ ਵਿੱਕੀ ਬੇਟੇ ਅਸੀਂ ਤੇਰੀ ਇੱਜ਼ਤ ਕਰਨੇ ਹੈਗੇ। ਸਾਨੂੰ ਫੋਨ ਤੇ ਕਹਿੰਦਾ ਕਿ ਪੈਸੇ ਨਹੀਂ ਹੈਗੇ ਜਾਓ ਭਾਜੋ ਪੈਸੇ ਨਹੀਂ ਹੈਗੇ। ਓਏ ਸਾਨੂੰ ਤੜੀਆਂ ਲਾਈਆਂ ਨੇ ਤੂੰ? ਮੈਂ ਕਿੰਨੇ ਵੇਲੇ ਫੋਨ ਤੇ ਕਹਿਤਾ? ਮੈਂ ਤੇ 2 ਦਿਨ ਤੋਂ ਤੇਰੀ ਵਜ੍ਹਾ ਤੋਂ ਫੋਨ ਬੰਦ ਕੀਤਾ ਯਾਰ। ਬਹੁਤ ਅੱਛੇ ਮੈਂ ਕਿਹੜੇ ਵੇਲੇ ਕਹਿਤਾ? ਤੁਸੀਂ ਕਿਹਾ ਸੀ ਮੈਂ ਪੈਸੇ ਨਹੀਂ ਦੇਣੇ ਫੋਨ? ਮੈਂ ਨਹੀਂ ਕਿਹਾ ਜਨਾਬ। ਦਿਲਾਵਰ ਝੂਠ ਮਾਰ ਰਿਹਾ ਵਿੱਕੀ? ਮੈਂ ਨਹੀਂ ਕਿਹਾ ਦਿਲਾਵਰ ਤੂੰ ਨਹੀਂ ਝੂਠ ਬੋਲਦਾ। ਠਹਿਰ ਜਾ। ਦਿਲਾਵਰ ਝੂਠ ਮਾਰ ਰਿਹਾ ਨਾ? ਦਿਲਾਵਰ ਝੂਠ ਮਾਰ ਰਿਹਾ। ਉਹ ਚਲ ਯਾਰ ਲਾਓ ਛੱਡ ਦੇ ਤੇਰੀ ਮਿਹਰਬਾਨੀ ਯਾਰ ਗਰੀਬ ਆਦਮੀ ਹੈ ਮੇਰੇ ਤਾਂ ਸਭ ਕਦੋਂ ਦੇਣੇ ਤੇਰੀ ਮਿਹਰਬਾਨੀ। ਐਂ ਦੱਸ ਵਿੱਕੀ ਐਂ ਦੱਸ ਮੈਨੂੰ ਪਤਾ ਮੈਂ ਫੋਨ ਕੀਤਾ ਟਰਾਲਾ ਭਰ ਕੇ ਬੰਦੂਕਾਂ ਦਾ ਆ ਜਾਣਾ ਤੈਨੂੰ ਚੁੱਕ ਕੇ ਉੱਤੇ ਮਾਰਨਾ ਉਹਨਾਂ ਨੇ। ਯਾਰ ਮੈਂ ਦੇ ਹੀ ਦੇਣਾ ਤੇ ਬੰਦਾ ਬਣਨਾ ਦੇ ਫਿਰ ਪੈਸੇ ਦੇ ਦੇ ਫਿਰ ਯਾਰ ਮਿਰਦਾ ਤੂੰ ਹੀ ਤਾਂ ਪੈਸੇ ਯਾਰ ਮੈਂ ਦੇ ਦੇ ਲੱਖੋ ਬੰਦੀ ਚ ਬੜ ਕੇ ਬੈਠਾ ਅਜੇ ਨਹੀਂ ਹੈਗੇ ਯਾਰ ਵਿੱਕੀ ਤੈਨੂੰ ਮੈਂ ਕਿਹਾ ਸੀ ਦੇ ਦੇ ਤੂੰ ਯਾਰ ਤੂੰ ਲੈ ਮੈਂ ਸੀ ਵਿੱਕੀ ਕੋਈ ਨਹੀਂ ਯਾਰ ਲੈਣ ਦੇ ਦੇ
दो साल तो सानू मगर लाया दो साल हो गए ते होर की विकी दे देगा तो कौन विकी दे देगा भाई विकी दे दे मैं गल की थी है विकल मेरे मुंह निकली के मैं दे देगा यार मैं ते तेनु मिन्नत कर रहा ना विकी तू बेटे जान दे छड़ दे मेरा पुत्र छड़ दे काम वेख कैसा हुंदा ओ पढ़ ला कलमा पढ़ ओ तू मैं क्या छड़ दे बस के पढ़ कलमा ओए मिर्ज़ा साहब हां उठो जरा की ओ तेरा बेड़ा कर ऐ की भाई ਹੁਣ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਯਾਰ ਮੇਰੀ ਤੇ ਫੜ ਕੇ ਜਾਨ ਕੱਢ ਦੀ ਉਹਨਾਂ ਨੇ ਉਹ ਜਾ ਯਾਰ ਉਹ ਜਾ ਤੇ ਲੱਗ ਤੋ ਯਾਰ ਯਾਰ ਬਹੁਤ ਯਾਰ ਮੇਰੇ ਸਾਹਿਬ